ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਪਰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਪੰਜਾਬ ਵਿੱਚ ਦੋ ਨਵੀਆਂ ਪਰਤੀਆਂ ਆਊਟ ਕਰ ਦਿੱਤੀਆਂ ਗਈਆਂ ਤੇ 10ਵੀਂ ਪਾਸ ਮੁਕਸਰ ਕਪੂਰਤਲਾਏ ਤੋਂ ਜੋ ਪਰਤੀਆਂ ਆਊਟ ਕੀਤੀਆਂ ਗਈਆਂ ਨੇ ਜਲਦੀ ਵੇਖੋ ਵੀਡੀਓ ਜਆਬ ਦੇ ਬੱਚਿਆਂ ਲਈ ਬਹੁਤ ਵਧੀਆ ਜੋ ਪਰਤੀਆਂ ਆਊਟ ਕਰ ਦਿੱਤੀ ਗਈ ਬਾਕੀ ਵਾਲੀ ਜਿਵੇਂ ਟੈਕਰੀਆ ਕੇਜ ਕੀ ਕੁਆਲਿਫਿਕੇਸ਼ਨ ਕਿਸ ਤਰ੍ਹਾਂ ਅਪਲਾਈ ਕਰਨਾ ਸਾਰੀ ਜਾਣਕਾਰੀ ਇਸ ਵੀਡੀਓ ਨੂੰ ਦੂੰਗਾ ਤੇ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਚੈਨਲ ਤੇ ਪਹਿਲੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਆ ਕਰੋ ਠੀਕ ਹੈ ਐਂਡ ਤੇ ਮ ਕਲਾ ਕਰੋ ਫਿਰ ਵੀ ਤੁਹਾਡ ਮਨ 'ਚ ਕੋਈ ਡਾਊਟ ਰਹਿੰਦਾ ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਪਹਿਲਾਂ ਜੋ ਪਰਤੀ ਆਊਟ ਕੀਤੀ ਗਈ ਦਫ਼ਤਰ ਜ਼ਿਲ੍ਹਾ ਕਲੈਕਟਰ ਕਪੂਰਥਲਾ ਵੱਲੋਂ ਆਊਟ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਮੀਮੋ ਨੰਬਰ ਦਿੱਤਾ ਹੈ ਤੇ ਸਾਰਾ ਕੁਝ ਮੈਂਸ਼ਨ ਕੀਤਾ ਪੜ੍ਹ ਸਕਦੇ ਹੋ ਤੇ ਆਪਣੇ ਲਗਾਤਾਰ ਵਿਜਾਰੀ ਹੋਈਆਂ ਆਪਣੀਆਂ ਜਾਰੀ ਹਦਾਇਤਾਂ ਦੇ ਮੱਦੇਨਜ਼ਿਲ੍ਹਾ ਜੋ ਕਪੂਰਥਲਾ ਵਿਖੇ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਆਧਾਰ ਤੇ ਭਰਨ ਲਈ ਰਿਟਾਇਰਡ ਜੋ ਹੋਏ ਗਏ ਨੇ ਪਟਵਾਰੀ ਕਾਨਗੋ ਵਿੱਚ 29 ਮਾਲ ਪਟਵਾਰੀਆਂ ਦੀ ਪਰਤੀ 8 ਲਿਖੇ ਸ਼ਰਤਾਂ ਅਨੁਸਾਰ ਕੀਤੀ ਜਾਣੀ ਹੈ ਤੁਹਾਡੀ ਜੋ ਆਪਣੇ ਗੈਰ ਰਟਾਇਰ ਵਗੈਰਾ ਜੋ ਪਟਵਾਰੀ ਕਨਕੋ ਉਹਨਾਂ ਵਾਸਤੇ ਜੋ ਪਰਤੀ ਆਊਟ ਕੀਤੀ ਗਈ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਆ ਕਰੋ ਠੀਕ ਹੈ ਇੱਕ ਤੁਹਾਡੇ ਵਾਸਤੇ ਪਰਤੀ ਆਊਟ ਕੀਤੀ ਇੱਕ ਜੋ ਨੈਕਸਟ ਪਰਤੀ ਆਊਟ ਕੀਤੀ ਗਈ ਹੈ ਬਾਕੀ ਫੁੱਲ ਡਿਟੇਲ ਨਾਲ ਦੱਸਾਂ ਕੁਆਲਿਫੀਕੇਸ਼ਨ ਕੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਆ ਕਰੋ ਸਕਿਪ ਨਾ ਕਰਿਆ ਕਰੋ ਠੀਕ ਹੈ ਕਿਰਤਵਨ ਕੋਈ ਸਮਝ ਨਹੀਂ ਹੁੰਨੀ ਫਿਰ ਤੁਹਾਡੇ ਬਹੁਤ ਕਮੈਂਟ ਆਉਣ ਲੱਗ ਜਾਂਦੇ ਨੇ ਦੇਖੋ ਕੁਝ ਨਾ ਸ਼ਰਤਾਂ ਰੱਖੀਆਂ ਨੇ ਪਟਵਾਰੀ ਤਕਨਕੋ ਵਾਸਤੇ ਠੇਕੇ ਦੇ ਆਧਾਰ ਤੇ ਪਰਤੀ ਹੋਣ ਵਾਲੇ ਜੋ ਰਟਾਇ ਤੇ ਮਹੀਨਾ ਜੋ ਫਿਕਸ ਤਨਖਾਹ ਦਿੱਤੀ ਜਾਵੇਗੀ ਤੁਹਾਡੀ 35000 ਤਨਖਾਹ ਰਹੇਗੀ ਫਿਕਸ ਠੇਕੇ ਦੇ ਆਧਾਰ ਤੇ ਭਰਤੀ ਲਈ ਅਰਜੀ ਦੇਣ ਵਾਲੇ ਰਿਟਾਇਰ ਜੋਗਣ ਪਟਵਾਰੀ ਕਨਗੋ ਦੀ ਉਮਰ 67 ਸਾਲ ਤੋਂ ਜ਼ਿਆਦਾ ਨਾ ਹੋਵੇ 3 ਨੰਬਰ ਤੇ ਨਾਮੈਨਚਰ ਕੀਤਾ ਠੇਕੇ ਦੇ ਆਧਾਰ ਤੇ ਭਰਤੀ ਲਈ ਅਰਜੀ ਦੇਣ ਵਾਲੇ ਜੋ ਰਿਟਾਇਰ ਹੈਗੇ ਨੇ ਪਟਵਾਰੀ ਕਨਗੋ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਆਪਣੀ ਵਿਭਾਗੀ ਪੜਤਾਲ ਨਾ ਚੱਲ ਰਹੀ ਹੋਵੇ ਅਤੇ ਉਸ ਦਾ ਰਿਕਾਰਡ ਸਾਫ਼ ਸੁਥਰਾ ਹੋਵੇ ਤੇ ਚੌਥੇ ਨੰਬਰ ਤੇ ਨਾ ਦਿੱਤਾ ਠੇਕੇ ਦੇ ਆਧਾਰ ਤੇ ਭਰਤੀ ਪਟਵਾਰੀਆਂ ਦੀ ਨਿਯੁਕਤੀ ਪੇਂਡੂ ਖੇਤਰਾ ਸਿਵਾਏ ਸ਼ਹਿਰੀ ਅਰਧ ਸ਼ਹਿਰੀ ਵਿੱਚ ਕੀਤੀ ਜਾਵੇਗੀ ਤੇ ਪੰਜਵੇਂ ਨੰਬਰ ਤੇ ਨਾ ਇੰਪੋਰਟੈਂਟ ਦਿੱਤਾ ਹੈ ਠੇਕੇ ਦੇ ਆਧਾਰ ਤੇ ਭਰਤੀ ਪਟਵਾਰੀਆਂ ਨੂੰ ਮਾਲ ਰਿਕਾਰਡ ਵਿੱਚ ਸਿੱਧੀ ਪਹੁੰਚ ਰਾਈ ਤਬਦੀਲੀ ਕਰਨ ਦਾ ਅਧਿਕਾਰ ਨਹੀਂ ਹੋਵੇਗਾ ਇਨਾਂ ਸਾਮੀਆਂ ਤੇ ਠੇਕੇ ਦੇ ਆਧਾਰ ਤੇ ਤਾਇਨਾਤ ਪਟਵਾਰੀਆਂ ਐਸਐਮ ਡੀਐਸਐਮ ਰਾਈ ਕੰਮ ਕਰਨਗੇ ਇਹ ਭਰਤੀ ਮਿਤੀ 15 12 2022 ਜਾਂ ਇਨਾਂ ਸਾਮੀਆਂ ਤੇ ਰੈਗੂਲਰ ਪ੍ਰਤੀ ਹੋਣ ਜੋ ਵੀ ਪਹਿਲਾਂ ਵਾਪਰੇ ਤੱਕ ਹੋਵੇਗੀ ਇਸ ਕੁਰਜੋਏਗੇ ਨੇ ਰਿਟਾਇਰ ਜੋ ਪਟਵਾਰੀ ਕਾਨਗੋ ਆਪਣੀ ਤਰਖਾਸਤ ਮਿਤੀ 15 ਦਸੰਬਰ 2022 ਤੱਕ ਸਦਰ ਕਾਨਗੋ ਸਾਖਾ ਕਮਰਾ ਨੰਬਰ 202 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਦੇ ਸਕਦੇ ਹਨ ਤਾਂ ਇਹ ਐਡਰੈਸ ਮੈਂਸ਼ਨ ਕੀਤਾ ਜੋ ਵੀ ਐਲੀਜੀਬਲ ਕੈਂਡੀਡੇਟ ਨੇ ਆਪਣੇ ਐਪਲੀਕੇਸ਼ਨ ਫਾਰਮ ਸਬਮਿਟ ਕਰ ਸਕਦੇ ਨਾਲ ਜੋ ਇੱਥੇ ਐਡਰੈਸ ਦਿੱਤਾ ਹੈ ਸਾਥ ਦੇ ਨਾਲ ਪ੍ਰਾਰਥੀ ਵੱਲੋਂ ਆਪਣੀ ਸੇਵਾ ਮੁਕਤੀ ਦੇ ਹੁਕਮਾਂ ਦੀ ਕਾਪੀ ਅਤੇ ਇੱਕ ਸਵੈ ਘੋਸ਼ਨਾ ਪੱਤਰ ਦਿੱਤਾ ਜਾਵੇਗਾ ਕਿ ਉਸ ਵਿਰੁੱਧ ਕਿਸੇ ਦੀ ਅਦਾਲਤ ਵੱਲੋਂ ਕੋਈ ਸਜ਼ਾ ਨਹੀਂ ਸੁناਈ ਗਈ ਅਤੇ ਉਸ ਖਿਲਾਫ ਕੋਈ ਵੀ ਕੋਰਟ ਕੇਸ ਇਨਕੁਆਇਰੀ ਐਫ ਆਈ ਆਰ ਪੈਂਡਿੰਗ ਨਹੀਂ ਹੈ ਤਾਂ ਇਹ ਜੋ ਇੰਪੋਰਟੈਂਟ ਦਿੱਤਾ ਇੰਟਰੈਕਸ਼ਨ ਕਰ ਦਿੱਤੀਆਂ ਨੇ ਹੈ ਦਾਇਤਾ ਦਿੱਤੀਆਂ ਨੇ ਇਸ ਨੂੰ ਜ਼ਰੂਰ ਪੜ ਲੈਣਾ ਜੋ ਵੀ ਐਲੀਜੀਬਲ ਕੈਂਡੀਡੇਟ ਆਪਣਾ ਅਪਲਾਈ ਕਰਨਾ ਚਾਹੁੰਦੇ ਨੇ ਜੋ ਰਿਟਾਇਰ ਹੋਏ ਗਏ ਨੇ ਪਟਵਾਰੀ ਕਾਨਗੋ ਤਾਂ ਸਾਰਾ ਕੁਝ ਮੈਂਸ਼ਨ ਕੀਤਾ ਹੈ ਤੁਹਾਨੂੰ ਪਿਕਚਰ ਜੁਗ ਹੈ ਫੋਟੋ ਮਿਲ ਜੇਗੀ ਮੇਰੇ ਵਟਸਐਪ ਤੇ ਟੈਲੀਗ੍ਰਾਮ ਗਰੁੱਪ ਤੇ ਤਾਂ ਲਿੰਕ ਬਿਠਾ ਦੇ ਦਿਕਰੀਪਸ਼ਨ ਬਾਕਸ ਵਿੱਚ ਜਿਨ੍ਹਾਂ ਨੇ ਜੁਆਇਨ ਨਹੀਂ ਕੀਤੀ ਤਾਂ ਜੁਆਇਨ ਜ਼ਰੂਰ ਕਰ ਲਓ ਤੇ ਜੋ ਨੇ ਇੱਕ ਨੰਬਰ ਤੇ ਭਰਤੀ ਆਊਟ ਕੀਤੀ ਗਈ ਹੁਣ ਆਪਾਂ ਗੱਲ ਕਰਦੇ ਜੇ ਨੈਕਸਟ ਭਰਤੀ ਆਊਟ ਕੀਤੀ ਗਈ ਹੈ ਤਾਂ ਕੀ ਆਪਣੇ ਨੈਕਸਟ ਭਰਤੀ ਆਊਟ ਕੀਤੀ ਗਈ ਕੀ ਐਲੀਜੀਬਿਲਟੀ ਕ੍ਰੀਰੀਆ ਕੀ ਏਜ ਤੇ ਜੋ ਭਰਤੀ ਆਊਟ ਕੀਤੀ ਗਈ ਭਰਤੀ ਸੂਚਨਾ ਪੰਜਾਬ ਸਰਕਾਰ ਭਰਤੀ ਸੂਚਨਾ ਹਵਾਲਾ ਨੰਬਰ ਆਪਣਾ ਇੱਥੇ ਮੈਂਸ਼ਨ ਕੀਤਾ ਵੇਖ ਸਕਦੇ ਹੋ ਜੋ ਪੋਸਟ ਆਈਆਂ ਮੁਖਸਰ ਸਾਹਿਬ ਵੱਲੋਂ ਜੋ ਪੋਸਟ ਆਊਟ ਕੀਤਾ ਗਿਆ ਇੱਥੇ ਲਿਖੀਆਂ ਸਾਮੀਆਂ ਲਈ ਬਿਨੇ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ ਅਪਲਾਈ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਤੇ ਆਫੀਸ਼ੀਅਲ ਜੀ ਵੈਬਸਾਈਟ www. ਮਕਸਰ dot nic.nis ਤੇ ਵਿਜ਼ਿਟ ਕਰਕੇ ਤਾਂ ਇਹਨਾਂ ਦਾ ਐਪਲੀਕੇਸ਼ਨ ਫਾਰਮਾ ਡਾਊਨਲੋਡ ਕਰ ਸਕਦੇ ਬਟ ਅਜੇ ਤੱਕ ਕੋਈ ਵੀ ਇਸ ਦਾ ਜੋ ਐਡਵਰਟਾਈਜ਼ਮੈਂਟ ਨੋਟੀਫਿਕੇਸ਼ਨ ਆਊਟ ਨਹੀਂ ਕੀਤਾ ਗਿਆ ਠੀਕ ਹੈ ਵੇਟ ਕਰਨਾ ਜੇਕਰ ਆਊਟ ਹੁੰਦਾ ਤਾਂ ਠੀਕ ਹੈ ਨਹੀਂ ਤੁਸੀਂ ਪਲੇਨ ਪੇਪਰ ਆਪਣਾ ਲੈ ਲੈਣਾ ਔਰ ਸੁਪਰ ਆਪਣਾ ਕੰਪਲੀਟ ਬਾਇਓ ਡਾਟਾ ਲਿਖ ਕੇ ਤੇ ਨਾਲ ਜੋ ਵੀ ਤੁਹਾਡਾ ਡਾਕੂਮੈਂਟ ਉਸ ਦੇ ਫੋਟੋਕਾਪੀ ਨੂੰ 셀ਫ ਅਟੈਸਟਡ ਕਰਕੇ ਤੇ ਲਾਸਟ ਡੇਟ ਤੱਕ ਤੁਹਾਨੂੰ ਅਪਲਾਈ ਕਰ ਲੈਣਾ ਹੈ ਤੇ 13 12 2022 ਇਸ ਦੀ ਲਾਸਟ ਡੇਟ ਸ਼ਾਮ 5 ਵਜੇ ਤੱਕ ਤੇ ਪੋਸਟਾਂ ਦੀ ਗੱਲ ਕਰੀਏ ਤਾਂ ਫੁੱਟਬਾਲ ਕੋਚ ਆਊਟ ਕੀਤੀ ਗਈ ਇੱਕ ਪੋਸਟ ਐਥਲੈਟਿਕ ਕੋਚ ਦੀ ਪੋਸਟ ਆਊਟ ਕੀਤੀ ਗਈ ਇੱਕ ਤੇ 20000 ਰੁਪਇਆ ਪਰ ਮੰਤ ਤੁਹਾਡੀ ਉਹ ਤਨਖਾਹ ਰਹੇਗੀ ਵਿਚਾਰਨਯੋਗ ਤੇ ਜੋ ਭਰਤੀ ਆਊਟ ਕੀਤੀ ਗਈ ਸੈਕੰਡ ਦੂਜੇ ਨੰਬਰ ਤੇ ਤੇ ਸਾਰਾ ਕੁਝ ਇੱਥੇ ਮੈਂਚਰ ਕੀਤਾ ਵਿਖ ਸਕਦੇ ਹੋ ਬਾਕੀ ਇਹਨਾਂ ਤੁਸੀਂ ਨੋਟੀਫਿਕੇਸ਼ਨ ਜ਼ਰੂਰ ਆਪਣਾ ਪੜ ਲੈਣਾ ਠੀਕ ਹੈ ਜਿੱਦਾਂ ਹੀ ਆਊਟ ਹੁੰਦਾ ਤੁਹਾਨੂੰ ਮੈਂ ਆਪਣੇ ਵਟਸਐਪ ਤੇ ਟੈਲੀਗ੍ਰਾਮ ਗਰੁੱਪ ਵਿੱਚ ਪ੍ਰੋਵਾਈਡ ਕਰਾ ਦਾਂਗਾ ਤੇ ਵਟਸਐਪ ਟੈਲੀਗ੍ਰਾਮ ਗਰੁੱਪ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਨਾਲ ਜੁਆਇਨ ਨਹੀਂ ਕੀਤਾ ਤਾਂ ਜੁਆਇਨ ਜ਼ਰੂਰ ਕਰ ਲਓ ਤੇ ਜੋ ਦੋ ਭਰਤੀਆਂ ਆਊਟ ਕੀਤੀਆਂ ਗਈਆਂ ਤੁਹਾਡੇ ਨਾਲ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਜੇਕਰ ਤੁਹਾਡਾ ਮਨ 'ਚ ਕੋਈ ਵੀ ਡਾਊਟ ਕੋਈ ਸਵ